ਦਾ ਦਿਨ ਲਿਆ ਕੇ ਮੁਹੰਮਦ ਨੂੰ ਜਦੋਂ ਦਿਖਾਇਆ ਏ ਇਹ ਸਾਰੇ ਦੇ ਸਾਰੇ ਲੋਕ ਕਹਿੰਦੇ ਨੇ ਇਸ ਬੱਚੇ ਦਾ ਨਾਮ ਤੇ ਮੁਹੰਮਦ ਹੀ ਹੋਣਾ ਚਾਹੀਦਾ। ਸੱਲੱਲਾਹੁ ਅਲੈਹਿ ਵਸੱਲਮ ਮੁਹੰਮਦ ਜਾ ਸੱਤ ਦਿਨ ਦੇ ਹੋਏ ਤੇ ਆਏ ਨਬੀ ਜੀ ਦੇ ਦਾਦੇ ਨੂੰ ਆ ਕੇ ਕਹਿੰਦੇ ਨੇ ਸਾਰੇ ਮੁਹੰਮਦ ਜਾ ਸੱਤ ਦਿਨ ਦੇ ਹੋਏ ਤੇ ਆਏ ਨਬੀ ਪਾਕ ਦੇ ਕੋਲੇ ਸਾਰੇ ਇਕੱਠੇ ਹੋ ਕੇ ਆਏ। ਕਹਿੰਦੇ ਨੇ ਅਬਦੁਲ ਮੁਤਲਿਬ ਆਪਣੇ ਪੋਤੇ ਦਾ ਨਾਮ ਕੀ ਰੱਖਿਆ ਹੈ? ਅਬਦੁਲ ਮੁਤਲਿਬ ਕਹਿਣ ਲੱਗੇ ਮੈਂ ਆਪਣੇ ਪੋਤੇ ਦਾ ਨਾਮ ਮੁਹੰਮਦ ਰੱਖਿਆ ਹੈ। ਇਹ ਕਹਿਣ ਲੱਗੇ ਇਹ ਨਾਮੇ ਮੁਹੰਮਦ ਉਹਨੋ ਕਾਜ ਆਏ, ਇਹ ਨਾਮੇ ਮੁਹੰਮਦ ਤੇ ਔਖਾ ਜ ਆਏ। ਇਹਦਾ ਨਾਮ ਮੁਹੰਮਦ ਨਹੀਂ ਰੱਖਣਾ ਚਾਹੀਦਾ ਸੀ। ਅਬਦੁਲ ਮੁਤਲਿਬ ਨੇ ਚੁੱਕਿਆ ਤੇ ਚੁੱਕੇ ਲਿਆ ਕੇ ਇਹਨਾਂ ਦੇ ਸਾਹਮਣੇ ਰੱਖੇ। ਨਬੀ ਪਾਕ ਦੇ ਦਾਦੇ ਅੰਦਰ ਗਏ ਨੇ, ਅਬਦੁਲ ਮੁਤਲਿਬ ਨੇ ਸੁਣਿਆ ਤੇ ਅੰਦਰ ਬੁਲਾਏ, ਆਕਾ ਜੀ ਨੂੰ ਹੱਥਾਂ ਤੇ ਉਠਾ ਕੇ ਲਿਆਏ। ਕਹਿਣ ਲੱਗੇ ਸਰਦਾਰੋ ਜ਼ਰਾ ਅੱਖਾਂ ਤੇ ਚੱਕੋ, ਮੇਰੇ ਸੋਹਣੇ ਬੱਚੜੇ ਦਾ ਮੁਖੜਾ ਤੇ ਤੱਕੋ। ਉਹ ਜਿਹਨੂੰ ਤੱਕ ਤੱਕ ਕੇ ਨਹੀਂ ਰੱਜ ਦੀਆਂ ਅੱਖਾਂ, ਮੈਂ ਉਸ ਦਾ ਨਾਮ ਮੁਹੰਮਦ ਨਾ ਰੱਖਾਂ ਤੇ ਕੀ ਨਾਮ ਰੱਖਾਂ। ਨਬੀ ਪਾਕ ਨੇ ਆਪਣੇ ਪੋਤੇ, ਨਬੀ ਪਾਕ ਨੇ ਆਪਣੇ ਦਾਦੇ ਦੇ ਹੱਥੋਂ ਗੁੜਤੀ ਲਈ ਏ।